ਤੁਹਾਨੂੰ ਵੀ ਅੱਜ ਕੱਲ੍ਹ ਦਾ ਯੂਥ ਆ ਜਿਹੜਾ ਇੱਕ ਤੋਂ ਕੋਈ ਸਿੱਖੂਗਾ ਵੀ ਜੇ ਆਪਾਂ ਕੋਈ ਚੀਜ਼ ਲੈਂਦੇ ਹਾਂ ਤਾਂ ਉਹਨੂੰ ਕੇਅਰ ਕਰੀਏ ਅਤੇ ਇੱਕ ਮੈਸੇਜ ਜਾਂਦਾ ਹੈਗਾ ਇਹ ਕਾਰਨ ਦੇ ਕੇ ਡੈਫੀਨੇਟਲੀ ਬੱਚੇ ਅੱਜ ਕੱਲ੍ਹ ਨਵੇਂ ਮਾਡਲ ਵੀ ਵੱਜਦੇ ਨੇ, ਤੁਸੀਂ ਫੋਨ ਹੀ ਦੇਖ ਲਓ ਜਿਹੜਾ ਆ ਜਾਂਦਾ ਹੈ ਆਈ 10 ਤੋਂ ਬਾਅਦ ਆਈ 11 ਲੈਣਾ ਹੈ। ਸੋ ਆਈ ਮੀਨ ਇਟਸ ਲਾਈਕ ਵੈਲਿਊਇੰਗ ਵਾਟ ਯੂ ਹੈਵ, ਆਪਣੀਆਂ ਚੀਜ਼ਾਂ ਲਈ ਰਿਸਪੈਕਟ ਕਰੋ, ਉਹਨਾਂ ਨੂੰ ਸੰਭਾਲ ਕੇ ਰੱਖੋ, ਟੇਕ ਕੇਅਰ ਕਰੋ, ਨੋਟ ਓਨਲੀ ਯੋਰ ਮਟੀਰੀਅਲ ਪੋਜੈਸ਼ਨਸ ਬਟ ਯੋਰ ਰਿਲੇਸ਼ਨਸ਼ਿਪਸ ਆਲਸੋ। ਪ੍ਰਸ਼ਾਸਨ ਦੀ ਆਪਾਂ ਗੱਲ ਕਰੀਏ, ਉਹਨਾਂ ਨੇ ਮੇਲਾ ਲਾਇਆ, ਉਸੇ ਮੇਲੇ ਦੀ ਪਾਰਟ ਹੈਗਾ ਇਹ, ਤੇ ਕੀ ਕਹਿਣਾ ਚਾਹੋਗੇ ਪੰਜਾਬ ਪ੍ਰਸ਼ਾਸਨ ਨੂੰ? ਬਹੁਤ ਵਧੀਆ ਐਫਰਟ ਆ, ਬੜੀ ਅੱਛੀ ਐਫਰਟ ਆ, ਵੀ ਲਰਨਿੰਗ ਕਿ ਆਪਣੇ ਕਲਚਰ ਨੂੰ ਪ੍ਰਿਜ਼ਰਵ ਕਰਕੇ ਰੱਖਣਾ ਹੈ, ਆਪਣੀਆਂ ਜਿਹੜੀਆਂ ਸਾਡੀਆਂ ਆ ਵੈਲਿਊਬਲ ਐਸੈਟਸ ਨੇ ਦੇ ਆਰ ਇੰਪੋਰਟੈਂਟ ਐਂਡ ਨੈਕਸਟ ਜਨਰੇਸ਼ਨ ਸ਼ੁਡ ਆਲਸੋ ਨੋ ਕਿ ਸਾਡਾ ਪਾਸਟ ਕੀ ਆ, ਸਾਡੀ ਲੈਗੇਸੀ ਕੀ ਆ। ਵੈਰੀ ਗੁੱਡ ਆਫਟਰਨੂਨ, ਕੰਗ੍ਰੈਚੁਲੇਸ਼ਨ ਟੂ ਦ ਐਡਮਿਨਿਸਟ੍ਰੇਸ਼ਨ। ਉਹਦੇ ਵਿੱਚ ਜਿਵੇਂ ਕਹਿ ਦਿਓ ਬਹੁਤ ਤਰ੍ਹਾਂ ਤਰ੍ਹਾਂ ਦੇ ਜਿਹੜੇ ਇੰਟਰਨੈਸ਼ਨਲ ਟੀਮ ਦੇ ਜਿਵੇਂ ਪਦਮ ਸ਼੍ਰੀ, ਪਦਮ ਭੂਸ਼ਣ ਜਿਹੜੇ ਉਸ ਟਾਈਪ ਦੇ ਆਰਟਿਸਟ ਆ ਰਹੇ ਆ, ਅਤੇ ਉਸੇ ਲੜੀ ਦੇ ਵਿੱਚ ਇੱਕ ਪਟਿਆਲਾ ਹੈਰੀਟੇਜ ਨੂੰ ਪ੍ਰਮੋਟ ਕਰਨ ਲਈ ਵਿੰਟੇਜ ਕਾਰ ਰੈਲੀ ਹੈ ਜਿਹੜੀ ਚੰਡੀਗੜ੍ਹ ਤੋਂ ਚੱਲੀ ਸੀ। ਮੈਂ ਇਸ ਕਾਰ ਰੈਲੀ ਦੇ ਵਿੱਚ ਇੱਥੋਂ ਪਟਿਆਲਾ ਯੂਨੀਵਰਸਿਟੀ ਤੋਂ ਸ਼ਾਮਿਲ ਹੋਇਆ, ਅਤੇ ਇਹਨੇ ਸ਼ਹਿਰ ਦੇ ਵਿੱਚ ਜਾਊਗੀ ਕਰੀਬ ਕੋਈ ਅੱਧੇ ਪੌਣੇ ਘੰਟੇ ਦਾ ਹੈਗਾ, ਅਤੇ ਮੈਨੂੰ ਵੀ ਚੰਗਾ ਲੱਗਦਾ ਜਿਵੇਂ ਹੈਰੀਟੇਜ ਦੇ ਨਾਲ ਆਪਣੀਆਂ ਪੁਰਾਣੀ ਵਿੰਟੇਜ ਕਾਰ ਹੈ, ਇਸ ਕਰਕੇ ਮਤਲਬ ਆਈ ਫੀਲ ਹੈਪੀ। ਅਤੇ ਸਰ ਗੱਡੀਆਂ ਦੀ ਜਿਵੇਂ ਸੰਭਾਲ ਕੀਤੀ ਗਈ ਆ, ਪੁਰਾਣੀਆਂ ਗੱਡੀਆਂ ਨੇ ਅੱਜ ਕੱਲ੍ਹ ਨਹੀਂ ਦੇਖਣ ਨੂੰ ਮਿਲਦੀਆਂ, ਅਤੇ ਕੀ ਕਹਿਣਾ ਚਾਹੋਗੇ ਇਹਨੂੰ ਲੈ ਕੇ? ਦੇਖੋ ਇਹਦੇ 'ਚ ਇਹ ਤਾਂ ਜਿਹੜੇ ਲੱਕੀ ਹੈ ਲੋਕ, ਇਹ ਬੇਸਿਕਲੀ ਦਿਸ ਇਜ਼ ਨੋਟ ਮਾਈ ਵਹੀਕਲ, ਮੇਰੇ ਕਿਸੇ ਜਾਣੂ ਦਾ ਵਹੀਕਲ ਹੈ, ਬਟ ਉਹਨੂੰ ਜਿਹੜੇ ਲੱਕੀ ਹੈ ਲੋਕ ਜਿਨ੍ਹਾਂ ਨੇ ਉਸ ਚੀਜ਼ਾਂ ਨੂੰ ਸਾਂਭ ਕੇ ਰੱਖਿਆ ਹੋਇਆ, ਅਤੇ ਇਹਨੂੰ ਜਿਹਨਾਂ ਕੋਲ ਹੈਰੀਟੇਜ ਹੈ ਇਹਦੀ ਕੋਈ ਵੈਲਿਊ ਨਹੀਂ ਗੀ। ਮਤਲਬ ਦੇਖਿਆ ਜਾਵੇ ਤਾਂ ਸਪੀਡ ਵੀ 30-40 ਹੈ, ਵੌਕਸਹੌਲ ਹੈ, ਇਹ 1930 ਮਾਡਲ ਹੈ, ਲਗਭਗ 100 ਸਾਲ ਦੀ ਹੋਣ ਵਾਲੀ ਹੈ ਕਾਰ, ਅਤੇ ਹਜੇ ਵੀ ਚੱਲ ਰਹੀ ਹੈ ਇਹਦੇ 'ਚ ਉਹਨੂੰ ਕਹਿ ਦਿਓ, ਅਤੇ ਫੀਲ ਗੁੱਡ ਫੈਕਟਰ ਹੈ ਇਹਦੇ 'ਚ, ਅੱਛਾ ਲੱਗਦਾ ਸਭ। ਠੀਕ ਹੈ, ਥੈਂਕ ਯੂ।